अस्सलाम वालेकुम भाई, वालेकुम सलाम जी। भाई की ला रहे चाबी की बनवाई? चाबी भाजी मुख्तलिफ होंगी है। मेहरान का की ला रहे? मेहरान कार का है खुदी मेहरान कार की चाबी की बनवाई की ला रहे भाजी? चाबी तो है, चाबी 350 की भी है। अच्छा, चाबी 500 की भी है। ਤੇਰੀ ਵੱਡੀ ਟਿਓਟਾ ਗੱਡੀ ਉਹਨੂੰ ਕਿੰਨੇ ਦੀ ਦਿਲਾ ਦੇਣਾ ਚਾਹੀਦਾ? 800 ਰੁਪਏ ਦੀ ਟਿਓਟਾ, 800 ਰੁਪਏ ਦੀ ਚਾਬੀ। ਵੈਸੇ ਹੁਣ ਰੇਟ ਤੇਜ਼ ਹੋਇਆ, ਅਸੀਂ ਬੜਾ ਪੁਰਾਣਾ ਯਾਨੀ ਕਿ ਇਸ ਤਰ੍ਹਾਂ ਕੋਈ ਸੈਟਅਪ ਚੱਲਦਾ ਵਾ, ਕਿਤੇ ਚਾਬੀ ਬਣਵਾਉਣੀ ਪੈ ਜਾਏ ਜਾਂ ਤਾਲਾ ਖਿਲਾਉਣਾ ਪੈ ਜਾਏ 200-300 ਚ ਸਰ ਜਾਂਦਾ ਸੀ। ਨਹੀਂ ਭਾਜੀ, ਹੁਣ ਉਹ ਟਾਈਮ ਨਹੀਂ ਰਹਿ ਗਿਆ, ਤੁਹਾਨੂੰ ਪਤਾ ਹੀ ਆ ਮਹਿੰਗਾਈ ਇੰਨੀ ਹੈ। ਸਾਡੇ ਦੇ ਇੱਥੇ ਭਾਜੀ ਅਸੀਂ ਦੇਣ ਡਏ ਆ ਰੋਜ਼ਾਨਾ ਦੇ 400 ਰੁਪਇਆ ਡੇਲੀ ਦਾ, ਇੱਥੇ ਖਲੋਣ ਦਾ ਹੀ ਬਸ। ਦੇ ਲਓ ਜਗ੍ਹਾ ਤੁਸੀਂ ਕਿੰਨੀ ਕੁ ਤੇ ਇਹ ਜਗ੍ਹਾ ਕਿਹਨਾਂ ਦੀ ਜਿਹੜੇ ਤੁਹਾਡੇ ਕੋਲ 400 ਲੈ? ਵਰਕਸ਼ਾਪ ਆ ਭਾਜੀ, ਪਿੱਛੇ ਵਰਕਸ਼ਾਪ ਹੈਗੀ ਹੈ। ਅੱਛਾ, ਵੱਡੀ ਗੱਡੀ ਨੂੰ ਵੀ ਚਾਬੀ ਲਾ ਦੇਣੀ ਜਿਸ ਤਰ੍ਹਾਂ ਵੀ ਲੈਂਡ ਕਰੋ ਭਾਜੀ? ਜਿਹੜੀ ਮਰਜ਼ੀ ਹੋਵੇ, ਜਿਹੜੇ ਮਰਜ਼ੀ, ਵੱਡੀ ਗੱਡੀ ਹੋਵੇ, ਛੋਟੀ ਹੋਵੇ, ਘਰ ਦੇ ਤਾਲੇ ਹੋਣ, ਜਿਹੜਾ ਵੀ ਹੈ ਤੁਸੀਂ ਦਿਖਾਉਣਾ ਹੈ ਸਿਰਫ। ਉਹ ਬਾਅਦ ਹੁੰਦਾ ਨਾ ਰਿਮੋਟ ਵਾਲੀਆਂ, ਮਿਸਾਲ ਜਿਸ ਤਰ੍ਹਾਂ ਮੇਰੇ ਕੋਲ ਗੱਡੀ ਹੈ ਵੀ ਰਿਮੋਟ 'ਤੇ ਗੱਡੀ ਖੁੱਲਦੀ ਹੈ, ਅਤੇ ਅਗਰ ਰਿਮੋਟ ਗਵਾਚ ਜੇ ਚਾਬੀ ਸ਼ਾਬੀ ਗਵਾਚ ਜੇ ਤੇ ਉਹ ਵੀ ਤੁਸੀਂ ਖੋਲ ਦਿਓਗੇ? ਉਹ ਚਾਬੀ ਦਾ ਕੰਮ ਕਰਦੇ ਹੋਰ ਭਾਜੀ, ਅਸੀਂ ਕਿਉਂ ਅੱਲਾ ਮਾਫੀ ਦੇਵੇ? ਤੇ ਉਹਦੇ ਕਿੰਨੇ ਕੁ ਪੈਸੇ ਲੈਂਦੇ ਤੁਸੀਂ? ਉਹਦੇ ਹੀ ਦੱਸਣ ਡੇ ਤੁਹਾਨੂੰ, ਚਾਬੀ ਦੇ ਇੰਨੇ ਪੈਸੇ ਆ। ਤੇ ਜਿਹੜਾ ਮੋਟਰਸਾਈਕਲ 70 ਉਹਦਾ 200 ਰੁਪਏ, 100 ਰੁਪਏ ਵੀ ਲੈ, 150 ਵੀ ਲੈ ਲਈਦਾ। ਤੇ 125 ਜਿਹੜਾ ਉਹ 125 ਦਾ ਵੀ 200-300। ਆ ਦੇਖੋ ਨਾ ਭਾਜੀ, 50-50 ਰੁਪਏ 'ਚ ਚਾਬੀ ਮੋਟਰਸਾਈਕਲ ਦੀ ਬਣਦੀ ਰਹੀ। चाबी लगी बाद जैनुइन लगेगी। अच्छा, एक ना गड्डी दी ਡਿੱਗੀ ਦੀ ਪਿੱਛੇ ਡਿੱਗੀ ਵਾਲਾ ਲੌਕ ਜਿਹੜਾ, ਹਾਂਜੀ ਹਾਂਜੀ, ਉਹ ਮੈਂ ਲਵਾਇਆ ਸੀ ਲਹਿਦਾ। ਅੱਛਾ, ਕਿਉਂਕਿ ਜੰਪ ਜੁੰਪ ਲੱਗਦਾ ਸੀ ਨਾ ਤਾਂ ਖੁੱਲ੍ਹ ਜਾਂਦਾ ਸੀ ਉਹ ਪਿੱਛਿਓਂ ਡਿੱਗੀ ਵਾਲਾ, ਅਤੇ ਉਹ ਫਿਰ ਮੈਂ ਲਹਿਦਾ ਮਜ਼ਬੂਤੀ ਨਾਲ ਲਵਾਇਆ, ਉਹਦੀ ਵੀ ਚਾਬੀ ਗਵਾਚ ਗਈ। ਉਹ ਲਾ ਦਿਆਂਗੇ ਭਾਅ ਜੀ, ਉਹ ਕੋਈ ਗੱਲ ਨਹੀਂ ਹੈਗੀ। ਅਤੇ ਉਹ ਡਿੱਗੀ ਦੇ ਕਿੰਨੇ ਪੈਸੇ ਲਓਗੇ? ਹਾਂ, ਡਿੱਗੀ ਦੇ ਵੀ ਭਾਅ ਜੀ ਪੈਸੇ ਉਹੀ ਆ, 50 ਰੁਪਏ ਘੱਟ ਹੋ ਗਏ ਵੱਧ ਹੋ ਗਏ, ਇੰਨਾ ਹੀ ਹੁੰਦਾ ਹੈ। ਅੱਛਾ, ਜਿਹਨੇ ਕਿ ਰਹਿਣਾ ਉਹੀ ਆ, ਰਹਿਣਾ ਉਹੀ ਹੁੰਦਾ ਹੈ। ਸਹੀ ਹੈ, ਸਹੀ। ਹੋਰ ਅੱਲਾ ਮਾਫੀ ਤੋਂ ਵੱਧ ਪੈਸੇ ਕੀ ਲੈਣੇ ਤੋਂ? ਉਹ ਹੋਇਆ ਇਸ ਤਰ੍ਹਾਂ ਨਾ ਕਿ 3 ਮਹੀਨੇ ਪਹਿਲੇ ਵੀ ਚਾਬੀ ਲਵਾਈ ਮੈਂ ਗੱਡੀ ਇੱਕ ਦੀ, ਅਤੇ ਉਹ ਮੈਂ ਕਿਤੇ ਬਹਿ ਗਿਆ ਸਾਈਡ 'ਤੇ, ਮੋਬਾਈਲ 'ਤੇ ਲੱਗ ਗਿਆ, ਉਹਨੇ ਲੜਕੇ ਨੇ ਲਾਕ ਮਾਸਟਰ ਨੇ ਖੋਲ੍ਹੀ ਆ, ਉਹ ਅੰਦਰ ਕੋਈ ਹੋਰ ਵੀ ਛਾਵਾਂ ਪਈਆਂ ਸੀ, ਉਹ ਵੀ ਲੈ ਕੇ ਨਿਕਲ ਗਏ। ਨਹੀਂ ਸਾਸੀ ਭਾਅ ਜੀ, ਇੱਦਾਂ ਦਾ ਕੰਮ ਨਹੀਂ ਕਰਦੇ। ਪਹਿਲੀ ਗੱਲ ਤਾਂ ਅਸੀਂ ਗੱਡੀ ਦੇਖਦੇ ਹਾਂ, ਉਹਦਾ ਮਾਲਕ ਵੇਖਦੇ ਆ, ਠੀਕ ਹੈ, ਦੇਖਿਆ ਵੀ ਇਹ 2 ਨੰਬਰੀ ਨਹੀਂ ਹੈਗੀ, ਓਰਿਜਨਲ ਮਾਲਕ ਆ, ਫਿਰ ਅਸੀਂ ਖੋਲ੍ਹੀ ਦੇ ਬਗੈਰ ਨਾ ਅਸੀਂ ਜੇ ਖੋਲ੍ਹੀ ਦਾ। ਅਤੇ ਹੁਣ ਆਲਮ ਇਹ ਆ ਵੀ ਉਹ ਗੱਡੀ ਦਾ ਲਾ ਖੋਲ੍ਹਣਾ ਸੀ, ਮੈਂ ਪਰੇਸ਼ਾਨ ਹਾਂ, ਮੈਨੂੰ ਫੋਨ ਆਈ ਜਾਂਦੇ ਬੱਚਿਆਂ ਦੇ। ਪਰੇਸ਼ਾਨ ਕਾਹਦੇ ਭਾਅ ਜੀ, ਲਾ ਖੋਲ੍ਹ ਦਿੰਦੇ? ਮਤਲਬ ਕਿ ਬਸ ਤੁਹਾਡੀ ਮਿਹਰਬਾਨੀ, ਮੈਂ ਬੱਚਿਆਂ ਨੂੰ ਲੈ ਕੇ ਜਾਣਾ ਸੀ, ਮੇਰੇ ਕੋਲ ਛੋਟੀ ਗੱਡੀ ਹੈ, ਅਤੇ ਉਹ ਵੱਡੀ ਗੱਡੀ ਦਾ ਉਹਦਾ ਕੱਲ੍ਹ ਵੀ ਚਾਬੀ ਗਵਾਚ ਗਈ, ਹੁਣ ਲਾ ਖੋਲ੍ਹਣ ਨਹੀਂ ਡਿਆ ਕਿਸੇ ਹਿਸਾਬ ਨਾਲ। ਖੋਲ੍ਹ ਦਿੰਦੇ ਭਾਅ ਜੀ? ਅਤੇ ਗੱਡੀ ਮੇਰੇ ਕੋਲ ਹਦਾਇਤ ਵਾਲੀ ਹੈ ਭਾਅ ਜੀ। ਅੱਛਾ ਜੀ, ਹਾਂਜੀ ਹਾਂਜੀ, ਗੱਡੀ ਨਾਲ, ਇੱਕ ਗੱਡੀ ਨਹੀਂ ਮੇਰੇ ਕੋਲ, 2-3 ਗੱਡੀਆਂ ਭਾਅ ਜੀ। ਕੋਈ ਨਹੀਂ ਭਾਅ ਜੀ, ਤੁਸੀਂ ਜਿਹੜਾ ਕੋਈ ਕਰਾਉਣਾ ਕਰਵਾ ਲੈਣਾ, ਅਤੇ ਲੈ ਲਓ ਫਿਰ ਨਾਲ ਸਮਾਨ ਸਮੂਨ, ਉਹ ਗੱਡੀ ਖੜੀ ਹੈ, ਚੱਲੀਏ ਫਿਰ ਆਪਾਂ, ਸਮਾਨ ਲੈ ਲੈਂਦੇ। ਕਿੰਨੀ ਕੁ ਦੇਰ ਲੱਗੇਗੀ ਉਹ ਤਾਲਾ ਖੋਲ੍ਹਣ? ਮਹੀਨਾ ਲੱਗਣਾ ਭਾਅ ਜੀ, ਕਿਤੇ ਤਾਲਾ ਮੈਂ ਉੱਥੇ ਖੋਲ੍ਹਣਾ ਤਾਂ ਆ ਜਾਣਾ ਹੈ। ਨਹੀਂ ਨਹੀਂ, ਉਹ ਏਡੀ ਛੇਤੀ ਖੋਲ੍ਹ ਦੇਣਾ ਤੁਸੀਂ? ਏਡੀ ਛੇਤੀ ਭਾਅ ਜੀ, ਹੋਰ ਕਿਤੇ ਬੱਚੇ ਲੈ ਕੇ ਉੱਥੇ ਰਹਿਣਾ ਆ ਵੀ, ਉੱਥੇ 3 ਦਿਨ ਲੱਗਣੇ ਆ, 3 ਦਿਨ ਮੈਂ ਘਰੋਂ ਬਿਸਤਰੇ ਲੈ ਕੇ ਜਾਣੇ, ਮੰਜਾ ਲੈ ਕੇ ਜਾਣਾ ਨਾਲ, ਉੱਥੇ ਜਾਣਾ 10 ਮਿੰਟ ਦੇ ਵਿੱਚ, ਤੁਹਾਡਾ ਤਾਲਾ ਖੋਲ੍ਹ ਦੇਣਾ। ਯਾਨੀ ਕਿ ਤੁਸੀਂ ਮਿੰਟ 'ਚ ਖੋਲ੍ਹ ਦੇਣਾ ਤਾਲਾ? ਭਾਅ ਜੀ, ਖੱਬੇ ਹੱਥ ਦਾ ਕੰਮ ਆ, ਸਾਨੂੰ ਘੱਟ ਤੋਂ ਘੱਟ 19-20 ਸਾਲ ਹੋ ਗਏ ਨੇ ਤਾਲਿਆਂ ਦਾ ਕੰਮ ਕਰੀਦਾ। ਅੱਛਾ, ਹਾਂ, ਤੇ ਸਾਨੂੰ ਤਾਂ ਵੇਖ ਕੇ ਤਾਲਾ ਖੁੱਲ ਜਾਂਦਾ। ਹੁਣ ਪੈਸੇ ਕਿੰਨੇ ਲਓਗੇ? ਮੈਂ ਕਿਹਾ ਪਹਿਲੇ ਮੁੱਕਣਾ ਚੰਗੀ ਹੁੰਦੀ, ਫਿਰ ਉੱਥੇ ਜਾ ਕੇ ਬਹਿਸ ਭਾਅ ਜੀ। ਪੈਸੇ 800 ਰੁਪਇਆ ਲਵਾਂਗੇ ਤੁਹਾਡੇ ਭਾਅ ਜੀ। 800 ਰੁਪਏ ਕਿ ਤੁਸੀਂ 300-400 ਕਿਹਾ ਸੀ ਭਾਅ ਜੀ? ਛੋਟੀ ਗੱਡੀ ਦਾ ਆ, ਮੋਟਰਸਾਈਕਲ ਦਾ ਹੋ ਗਿਆ, ਉਹਦਾ ਹੋ ਗਿਆ,
ਵੱਡੀ ਗੱਡੀ ਦੇ ਪੈਸੇ ਇੰਨੇ ਲੱਗਦੇ ਨਹੀਂ। 800 ਕਿਉਂ ਲੈ ਰਹੇ ਭਾਜੀ? ਭਾਜੀ ਜਾਣਾ ਵੀ ਤੁਹਾਡੇ ਨਾਲ ਆ, ਜੇ ਕਿੱਥੇ ਜਾ ਗੱਡੀ ਖਿਲਾਰੀ ਆ ਕਿੱਥੇ ਅਸੀਂ ਜਾਣਾ ਹੈ ਭਾਜੀ? ਮੈਂ ਕਹਿੰਦਾ ਤੁਹਾਨੂੰ ਕਿਤੇ ਬਾਰਡਰ ਤੇ ਲੈ ਜਾਣਾ। ਉਹ ਨਹੀਂ ਬਾਰਡਰ ਤੇ ਨਹੀਂ ਭਾਜੀ, ਵਾਪਸੀ ਤੇ ਲਾ ਦੋਗੇ ਮੈਨੂੰ? ਤੇ ਵਾਪਸੀ ਤੁਹਾਨੂੰ ਲਾ ਕੇ ਜਾਵਾਂਗੇ। ਦੇ ਲਈਓ, ਮੈਂ ਕਹਿੰਦਾ ਉਹ ਜਿੱਥੇ ਤੁਸੀਂ ਕਹਿਣ ਡਏ ਨਾ ਉਦੋਂ 500 ਰੁਪਈਆ ਤੇ ਰਕਸ਼ੇ ਵਾਲੇ ਲੈ ਲੈਣਾ। ਮੈਂ ਨਾ ਲਾ ਕੇ ਡਾਲੇ ਵਾਲੇ ਤੇ ਤੁਹਾਨੂੰ ਲਾ ਕੇ ਜਾਣਾ? ਇਹ ਡਾਲੇ ਵਾਲੇ ਮੈਨੂੰ ਕਿਉਂ ਲਾ ਕੇ ਜਾਣ? ਡਾਲੇ ਵਾਲੇ ਤੁਹਾਨੂੰ ਲਾ ਕੇ ਜਾਣ। ਉਹ ਡਾਲਾ ਵੀ ਰੱਖਿਆ ਮੈਂ? ਲੈ ਡਾਲਾ ਰੱਖਿਆ ਛੱਡ, ਤੂੰ ਸਾਨੂੰ ਡਾਲੇ ਨਾ ਕੀ? ਸਾਨੂੰ ਨਾ ਇਹ ਡਰਾਵਾ ਦਿਆ ਕਰੋ। ਅੱਗੇ ਕਦੀ ਖੋਲਿਆ ਤਾਲਾ ਇਸ ਤਰ੍ਹਾਂ ਕਿਸੇ ਦੇ ਨਾਲ ਜਾ ਕੇ? ਨਹੀਂ ਕਿਸੇ ਨਾਲ ਕੀ, ਜਿਹੜਾ ਮਾਲਕ ਹੁੰਦਾ ਅਸੀਂ ਖੋਲੇ ਦੇ ਨਾਲ ਲੈ ਕੇ ਜਾਂਦੇ ਘਰ। 800 ਚਲੋ ਮੈਂ ਦਾ ਰੌਲਾ ਕੋਈ ਨਹੀਂ, ਬਸ ਇੱਕ ਫਿਰ ਟਾਈਮ ਜ਼ਿਆਦਾ ਨਾ ਲੱਗੇ। ਟਾਈਮ ਹੁਣ ਟਾਈਮ ਭਾਜੀ ਕਿੱਦਾਂ ਮੈਂ ਜ਼ਿਆਦਾ ਲਾਉਣਾ? ਦੁਕਾਨ ਮੇਰੀ ਤੇ ਮੁੰਡਾ ਕੰਮ ਕਰਨ ਗਿਆ, ਤੁਸੀਂ ਮੈਨੂੰ ਲੈ ਕੇ ਚੱਲੇ ਆ, ਮੈਂ ਤਾਂ ਮਿੰਟ ਲਾਉਣਾ ਉੱਥੋਂ ਆ ਜਾਣਾ। ਚਲੀਏ ਫਿਰ, ਆਓ ਮੇਰੇ ਨਾਲ, ਆ ਸਮਾਨ ਸਮੂਨ ਲੈ ਲਓ, ਆ ਜਾਓ ਆ ਜਾਓ ਮੇਰੇ ਨਾਲ। ਕਿਤੇ ਕਿਹੜਾ ਮਹੀਨਾ ਰਹਿਣਾ, ਉੱਥੇ ਸਾਰਾ ਸਮਾਨ ਹੀ ਲੈਣ ਦੇ। ਭਾਜੀ ਮੈਂ ਦੁਕਾਨ ਚੁੱਕ ਲਈ ਆ, ਕੈਸੀ ਗੱਲ ਕਰੀ ਜਾਣ ਡੇ? ਮੈਂ ਕਿਹਾ ਵੀ ਛੇਤੀ ਹੁਣ ਜਿਹੜੇ 6000 ਚਾਹੀਦੇ ਉਹ ਤਾਂ ਲੈਣੇ ਕਿ ਨਹੀਂ ਲੈਣੇ? 1000 ਚਾਹੀਦੇ ਉੱਥੇ ਕਿਹੜਾ ਤੁਸੀਂ ਕਿਤੇ ਖਤ ਕਰਨਾ? ਲੈ ਖਤ ਕਰਨਾ ਹੈ ਯਾਰ, ਖਤ ਕਿਉਂ ਕਰਨਾ? ਨਹੀਂ ਯਾਰ, ਦੱਸ ਮੋਟਰ ਲਾਉਣੀ ਹੈ ਉੱਥੇ, ਨਾਲੇ ਮੁੰਡੇ ਨੂੰ ਆ ਲੈਂਦੇ, ਜ਼ਰਾ 2 ਮਿੰਟ ਨੂੰ ਖਿਲਾਰ ਦਈਏ। ਤੇ ਮੁੰਡੇ ਨੂੰ ਆ ਲੈਂਦੇ, ਮੁੰਡਾ ਕਿਹੜਾ ਕਰਾਚੀ ਗਿਆ ਆਜੂ ਆਪੇ? ਯਾਰ ਕਰਾਚੀ ਭਰਾਵਾ, ਮੁੰਡੇ ਨੂੰ ਖਿਲਾਰ ਕੇ ਜਾਣਾ ਹੈ, ਮਗਰੋਂ ਚੀਜ਼ ਚੁੱਕੀ ਜਾਵੇ ਇੱਥੋਂ, ਕੌਣ ਜ਼ਿੰਮੇਦਾਰ? ਚੀਜ਼ ਬੜਾ ਤੇ ਸੁਨਿਆਰਾਂ ਦੀ ਦੁਕਾਨ ਆ, ਚਾਬੀਆਂ ਟੰਗੀਆਂ। ਚਾਬੀਆਂ ਤੈਨੂੰ ਪਤਾ ਹੀ ਨਹੀਂ ਹੈਗਾ ਚਾਬੀ ਇਹ ਕੀ ਹੈ? ਕੀ ਗੱਲ, ਕੈਂਚੀ ਪੁੱਲ ਦੀ ਚਾਬੀ? ਕੈਂਚੀ ਪੁੱਲ ਦੀ ਚਾਬੀ? ਯਾਰ ਤੂੰ ਗੱਲਾਂ ਕਾਹਦੇ ਕਰੀ ਜਾਂਦਾ ਭਾਈ? ਆ ਮੋਟਰਸਾਈਕਲ ਦੀਆਂ ਚਾਬੀਆਂ ਟੰਗੀਆਂ? ਨਹੀਂ ਨਹੀਂ, ਮੋਟਰਸਾਈਕਲ ਦੀਆਂ ਚਾਬੀ ਮੋਟਰਸਾਈਕਲ ਦੀਆਂ ਹੈ ਸਾਰੀਆਂ, ਤੋਲ ਕੇ 70 ਆਹਦੇ ਜੀ ਵਿੱਚੋਂ ਇੱਕ ਗੱਡੀ ਦੀ ਚਾਬੀ ਲੈ ਕੇ ਅਗਲਾ ਖੋਲ ਕੇ ਲੈ ਜਾਵੇ, ਮੇਤੇ ਤੇ ਪੈ ਗਈ ਕਿ ਤੇ ਤੇ ਲੈ ਦੁਕਾਨ ਕੈਸੀ ਲਈ ਫਿਰ? ਲੈ ਹਨੇਰੀ ਆਵੇ, ਤੂੰ ਦੁਕਾਨ ਬੰਦ ਕਰਕੇ ਤੇਰੇ ਘਰ ਨਿਕਲ ਜਾ। ਆਓ ਚੱਲੀਏ, ਚੱਲਦੇ ਆ ਮੁੰਡੇ ਨੂੰ ਆ ਲੈਂਦੇ। ਸਰ ਮੁੰਡਾ ਕਿੱਥੇ ਗਿਆ? ਕਿਤੇ ਫੋਨ ਕਰ ਲਾ ਮੁੰਡੇ ਨੂੰ। ਮੁੰਡਾ ਆ ਰਿਹਾ 5 ਮਿੰਟ 'ਚ। 5 ਮਿੰਟ 'ਚ ਕੀ ਗੱਲ, ਤੇਲੀ ਬੋਤਲ ਲੈਣ ਗਿਆ? ਬੋਤਲ ਯਾਰ ਮੈਂ ਡਿੱਗ ਪਿਆ ਆ, ਆਪ ਹੀ ਮੈਂ ਕਹਿੰਦਾ ਚੱਲ। ਮੇਰਾ ਦਿਲ ਘਬਰਾਉਣ ਡਿਆ, ਫਿਰ ਗਲਤ ਗੱਲ ਕਰੀ ਜਾ ਰਿਹਾ ਤੂੰ। ਆ ਵੀ ਮੇਰਾ ਪੈਰ 'ਚ ਲਿਆ ਗਿਆ। ਆ ਫੀਡਰ ਰੱਖਿਆ ਆਪਣਾ ਤੁਸੀਂ? ਫੀਡਰ ਕੀ ਹੈ? ਉਹ ਇਹ ਤੇਲ ਦੇਈਦਾ ਭਾਈ। ਤੇਲ ਦੇਈਦਾ? ਤੇਲ ਵੀ ਵੇਚਦੇ ਆ? ਤੇਲ ਯਾਰ ਚਾਬੀਆਂ ਨੂੰ ਤੇਲ ਲਾਈਦਾ ਆ। ਆਓ ਫੇ, ਚਾਬੀਆਂ ਨੂੰ ਲਾ ਤੇਲ, ਭਾਵਾਂ ਸਿਰ ਨੂੰ ਲਾ, ਬਿੰਦ ਤੇ ਕੋਈ ਨਹੀਂ। ਆਓ ਚੱਲੀਏ ਫੇ, ਕਿਹਨੂੰ ਦੇਖੀ ਜਾਂਦਾ ਵਾ? ਮੈਂ ਕਹਿੰਦਾ ਮੁੰਡਾ ਆ ਲੈਂਦਾ, 2 ਮਿੰਟ ਚੱਲਦੇ। ਦੋ ਅੱਗੇ ਤੂੰ 5 ਮਿੰਟ ਕਹਿੰਦਾ ਸੀ, ਹੁਣ 2 ਮਿੰਟ ਕਹਿੰਦਾ, ਮੁੰਡੇ ਨਾਲ ਗੱਲ ਹੋਈ ਤੇਰੀ? ਯਾਰ 5 ਮਿੰਟ 2 ਮਿੰਟ ਦੇ ਵਿੱਚ ਕਦ ਤੂੰ ਟਾਈਮ ਭਾਈ ਨੋਟ ਕਰੀ ਜਾਂਦਾ? ਨਹੀਂ ਹੁਣ ਕਿਸੇ ਹੋਰ ਨੂੰ ਲੈ ਜਾ ਜਾ। ਨਹੀਂ ਭਰਾਵਾ, ਲਿਜਾਣਾ ਵੀ ਤੈਨੂੰ ਹੀ ਆ। ਤੇ ਫਿਰ ਤੂੰ ਕਿਉਂ ਗੱਲਾਂ ਕਰੀ ਜਾਂਦਾ? ਆਰਾਮ ਨਾਲ ਕਾਰੀਗਰ ਆਦਮੀ, ਆ ਚੱਲੀਏ। ਕਾਰੀਗਰ ਆਦਮੀ ਮੁੰਡੇ ਨੂੰ ਆ ਲੈ। ਆ ਗਿਆ ਮੁੰਡਾ? ਆ ਗਿਆ, ਚੱਲ ਆ, ਸ਼ੁਕਰ ਹੈ। ਓਏ ਖਲੋ ਵੀ ਆ ਦੁਕਾਨ ਤੇ, ਓਏ ਆ ਜਾ। ਆ ਚਾਬੀਆਂ ਨੂੰ ਨੀਂ ਫਿਰ ਦੇ ਦਈਏ, ਠੀਕ ਹੈ ਕਿ ਨਹੀਂ? ਸਾਹਿਬ ਕਿੱਥੇ ਚੱਲੇ ਆ? ਓਏ ਉਹ ਰੱਖਦਾ ਬੈਗ ਵਿੱਚ? ਹਾਂਜੀ ਨਾ, ਬੈਗ ਵਿੱਚ ਰੱਖਦਾ ਤੇ ਤੋ ਦੂਸਰਾ ਆਧਾਰ ਸਾਰੇ ਆ ਵਿੱਚ। ਆ ਬੈਗ 'ਚ ਕੱਪੜੇ ਵੀ ਰੱਖ ਲੈਣੇ। ਆ ਚਾਬੀ ਨੀਂ ਫਿਰ ਦੇ ਦੇਣੀ ਆ। ਆ ਚੋਰੀ ਯਕੂਬ ਦੀ ਆ ਗੱਡੀ ਦੀ। ਹਾਂ 800 ਰੁਪਏ ਕੋ ਲੈ ਲਈ, 400 ਕੋ ਲੈ ਲਓ। ਬੈਗ 'ਚ ਨਾਲ 2-4 ਸੂਟ ਵੀ ਲੈ ਲਿਓ। ਹੈ ਜੋ 2-4 ਸੂਟ ਕਾਹਦੇ ਲੈ ਲੈ? ਜੁੱਤੀ ਵੀ ਇੱਕ ਪਿਛੋਰੀ ਲੈ ਲਈ। ਦਿਨ ਲੈਣ ਚੱਲਾ ਜੇ ਤਾਲਾ ਠੀਕ ਕਰਨ ਚੱਲਾ। ਬੈਗ ਰਖਾਇਆ ਕਿਤੇ? ਜਾ ਯਾਰ ਟੁਰ ਗਿਆ ਭਾਈ, ਕਿਸ ਕੰਮ ਪੈ ਗਿਆ? ਸਖਰ ਜਾਣਾ ਤੂੰ? ਸਖਰ ਜਾਣਾ ਯਾਰ, ਮੈਨੂੰ ਸਮਝ ਨਹੀਂ ਆਉਂਦੀ, ਗੱਡੀ ਤੂੰ ਪਿੱਛੇ ਲਾਤੀ ਹੈ, ਮੈਨੂੰ ਤਰਾ ਕੇ ਲਿਆਉਣ ਡਿਆ ਹੈ। ਕੋਈ ਨਹੀਂ, ਵਾਪਸੀ ਤੁਹਾਨੂੰ ਮੈਂ ਇਸ ਗੱਡੀ ਚਲਾ ਦੂੰਗਾ, ਕੋਈ ਰੌਲਾ ਨਹੀਂ। ਇਹ ਕਿਹੜੀ ਗੱਲ ਹੋਈ ਯਾਰ? ਅੱਛਾ ਭਾਜੀ, ਉਹ ਗੱਡੀ ਹੈ ਜਿਹੜੀ ਤੁਸੀਂ ਖੋਲਣੀ? ਅੱਛਾ, ਇਹਦਾ ਤਾਲਾ ਖੋਲਣਾ ਨਾ? ਹਾਂ ਉਹ ਗੱਡੀ ਆ। ਅੱਛਾ ਕਿੰਨੀ ਕੁ ਦੇਰ ਲੱਗੇਗੀ ਇਹਨੂੰ ਤਾਲਾ? ਭਾਜੀ ਰੌਲਾ ਕੋਈ ਨਹੀਂ ਹੈਗਾ। ਅੱਛਾ ਜੀ, ਹਾਂ ਮਿੰਟ ਮਾਰਨਾ, ਮੈਂ ਖੋਲ ਕੇ ਮਾਰਨਾ। ਇਹਦਾ ਮਤਲਬ ਤੁਸੀਂ ਪਹਿਲਾਂ ਵੀ ਗੱਡੀਆਂ ਦੇ ਤਾਲੇ ਵਾਵਾ ਖੋਲੇ? ਨਹੀਂ, ਆਉਂਦੀਆਂ ਰਹਿੰਦੀਆਂ ਨਾ ਗੱਡੀਆਂ। ਅੱਛਾ ਜੀ, ਹਾਂ ਤੇ ਇਹਤੇ ਤਾਂ ਤੁਹਾਡਾ ਹੱਥ ਖੁੱਲਾ ਹੋਣਾ ਇਸ ਗੱਡੀ ਤੇ? ਆਹੋ, ਇਹ ਤਾਂ 5 ਮਿੰਟ ਲੱਗਣੇ ਭਾਜੀ। ਤੇਰਾ ਖੋਲੋ ਫਿਰ। ਹੈ ਖੋਲੋ ਖੋਲੋ ਤੇ ਤੇਰਾ ਸਪੀਡ ਮਾਰਨੀ ਹੈ। ਇਹ ਗੱਡੀ ਤੁਹਾਡੀ ਹੈ? ਇਹ ਗੱਡੀ ਤੁਹਾਡੀ ਹੈ? ਖੋਲੋ ਖੋਲੋ, ਤਾਲਾ ਦਿੰਦੇ ਪੈਸੇ ਤੁਹਾਨੂੰ, ਮੈਂ ਤਾਲਾ ਤੇ ਖੋਲੋ। ਭਾਜੀ ਅੱਗੇ ਤੇ ਆਓ, ਸਾਨੂੰ ਕੋਲ ਤਾਂ ਖਲੋਵੋ। ਖਲੋ ਜਾਂਦੇ ਆ ਕੋਲ? ਓਏ ਆਹੋ, ਮੈਂ ਗੱਡੀ ਖੋਲਾਂ, ਅਗਲੇ ਕਹਿਣ ਗੱਡੀ ਕਿਹਦੀ ਹੈ। ਨਹੀਂ, ਇਹ ਚਾਬੀ ਇੱਕ ਬਣਾਉਣੀ ਹੈ? ਹਾਂ, ਇੱਕ ਚਾਬੀ ਬਣਾਓ ਤੁਸੀਂ ਸਾਰਿਆਂ ਦੀ। ਹਾਂਜੀ ਸਾਰਿਆਂ ਦੀ ਬਣਾਓ, ਕਰੋ ਬਿਸਮਿਲ੍ਲਾ ਸ਼ੁਰੂ ਕਰੋ। ਤੇ ਤੁਸੀਂ ਭਾਜੀ ਕਦੀ ਇੱਧਰ ਵੇਖੀ ਜਾਂਦੇ, ਕਦੀ ਇੱਧਰ ਵੇਖੀ ਜਾਂਦੇ, ਕੀ ਗੱਲ ਖੈਰ? ਉਹ ਮੈਂ ਵੇਖ ਰਿਹਾ ਸੀ, ਮੈਂ ਕੋਈ ਇੱਕ ਦੋਸਤ ਨੇ ਆਉਣਾ ਸੀ, ਮੈਂ ਕਿਹਾ ਕਿਤੇ ਲੰਘ ਨਾ ਜਾਵੇ ਸਿੱਧਾ। ਨਹੀਂ ਲੰਘ ਕਿੱਦਾਂ ਜਾਵੇ? ਭਾਜੀ ਇੱਕ ਮਿੰਟ ਠਹਿਰੋ, ਉਧਰ ਇੱਕ ਮਿੰਟ ਠਹਿਰੋ। ਕੀ ਹੋਇਆ? ਉਹ ਬੰਦੇ ਲੰਘ ਰਹੇ ਸੀ, ਮੈਂ ਕਿਹਾ ਪਤਾ ਨਹੀਂ ਦੋਸਤ ਆ ਮੇਰੇ, ਨਹੀਂ ਉਹ ਨਹੀਂ ਹੈਗੇ। ਖੋਲੋ ਖੋਲੋ ਤੁਸੀਂ, ਕੋਈ ਖੋਲੋ। ਹੈਰਾਨਗੀ ਦੀ ਗੱਲ ਆ ਵੀ ਭਾਜੀ ਤੁਸੀਂ ਮੈਨੂੰ ਕੰਮ ਕਰਦੇ। ਇੱਕ ਮਿੰਟ ਭਾਜੀ, ਇੱਕ ਮਿੰਟ ਖੋਲ ਲੈਂਦੇ ਹਾਂ ਤਾਲਾ, ਕੋਈ ਨਹੀਂ ਤੁਸੀਂ ਇੱਥੇ ਹੀ ਹੋ, ਠਹਿਰ ਜਾਓ ਇੱਕ ਮਿੰਟ ਜ਼ਰਾ। ਉਹ ਦੇਖ ਨਾ, ਖੋਲੋ ਭਾਜੀ ਖੋਲੋ।
यार केड़ी गल कर रहे हैं भरावा तू खोलो ताला नहीं आ पिछे अगे तू रंग तेरा उड़िया खैर की गल की है ओ भाई शोर आ रहा सी मैं नहीं शोर तू को लिखण दे आ भी दाखला तू देल वाली वार्ड च चलो मारो हुण एक मिनट ले आ ही ना जावे दोस्त मेरा सी मैं कोई आज भी फिर मैं कहना भी कट्ठे निकलिए खोलो नहीं तू तो अल्लाह माफी दबे इंज कर रहे भाई एक मिनट ठहरे हो जरा एक मिनट ठहरे हो की गल की है मैं बैल हुई सी मैं मोबाइल दी वाइब्रेशन यार इहदा बैल लग गई तलक होया यार मैं हैरान होया तेरे रंग भी उड़िया है गड्डी की गल की तेरी नहीं हैगी भाई अपनी है गड्डी खोलो हां तो फिर तू किधर ही गल करी यार खोलो खोलो हां या अल्लाह खैर है चाबी भाजी दो तीन बनवा लो बना दो मेरे पांच बना दो बस बना दो भाजी एक मिनट गड्डी लंघ ले तेरा एक मिनट यार गड्डी की भरावा तू कर रोड च खड़े ना मैं नहीं रोड च मैं गड्डी खोलनी है कि गड्डी वाले ने गड्डी खोलनी फिर गलत गल करी जाने हद हो गई है भी ਭਾਜੀ ਚਾਬੀ ਘਰ ਨਹੀਂ ਪਈ ਹੈਗੀ ਘਰ ਦਾ ਪਤਾ ਹੀ ਇਹਦਾ ਕਿੱਥੇ ਵੀ ਘਰ ਵੀ ਕੋਈ ਨਹੀਂ ਪਈ ਭਾਜੀ ਘਰ ਵੀ ਕੋਈ ਨਹੀਂ ਪਈ ਯਾਰ ਇਹਦੀ ਚਾਬੀ ਘਰ ਕੋਈ ਨਹੀਂ ਪਈ ਇੱਕ ਮਿੰਟ ਠਹਿਰੋ ਭਾਜੀ ਜ਼ਰਾ ਮਾੜਾ ਜਿਹਾ ਰਸਤਾ ਦਿਓ ਜ਼ਰਾ ਲੰਘ ਜਾਓ ਭਾਜੀ ਲੰਘ ਜਾਓ ਭਾਜੀ ਸਪੀਡ ਮਾਰੋ ਨਾ ਤੁਸੀਂ ਕੀ ਕਰੀ ਜਾਣ ਡੈ ਜਲਦੀ ਖੋਲੋ ਜਲਦੀ ਯਾਰ ਆਰਾਮ ਨਾਲ ਖੁੱਲਣੀ ਐਡੀ ਜਲਦੀ ਮੈਂ ਕਿਉਂ ਕਰਾਂ ਖੋਲ ਖੋਲ ਜ਼ਰਾ ਜਲਦੀ ਖੋਲ ਇੱਕ ਮਿੰਟ ਭਾਜੀ ਨਾ ਇੱਧਰ ਆਓ ਜ਼ਰਾ ਇੱਧਰ 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 ਕੀ ਗੱਲ ਕੀ ਹੈ ਯਾਰ ਮੈਂ ਕਿਹਾ ਇਸ ਦਰਵਾਜ਼ੇ ਨੂੰ ਖੋਲ ਲਓ ਓ ਯਾਰ ਉਧਰ ਕੀ ਗੱਲ ਆ ਤੂੰ ਮੇਰੇ ਕਹਿੰਦੇ ਤਰਾ ਕਹਿੰਦੇ ਕੀ ਗੱਲ ਕੀ ਹੈ ਤੈਨੂੰ ਵਿੱਚ ਗੱਲ ਦੱਸ ਖੁੱਲ ਕੇ ਕੀ ਹੈ ਭਰਾਵਾ ਸੱਚਾ ਦੱਸ ਦਵਾਂ ਤੈਨੂੰ ਆਹੋ ਗੱਲ ਦੱਸ ਕੀ ਹੈ ਸੱਚੀ ਦੱਸ ਦਵਾਂ ਕੀ ਆਹੋ ਸੱਚੀ ਦੱਸ ਯਾਰ ਤੂੰ ਕੀ ਕਰੀ ਗਿਆ ਕਰਨਾ ਉਹ ਖੋਲ ਲਾ ਕਰੀ ਕਹਿੰਦਾ ਆਹ ਖੋਲ ਲਾ ਮੈਨੂੰ ਤੇਰਾ ਪਤਾ ਨਹੀਂ ਲੱਗਣ ਦੇ ਉੱਤੋਂ ਤੇਰਾ ਰੰਗ ਉੱਡਿਆ ਤੂੰ ਕੀ ਗੱਲ ਕੀ ਅਸਲ ਗੱਲ ਕੀ ਮੈਨੂੰ ਖੋਲ ਕੇ ਦੱਸ ਭਾਜੀ ਮੈਂ ਕਹਿ ਰਿਹਾ ਸੀ ਪਹਿਲਾਂ ਡਿੱਗੀ ਨਹੀਂ ਉੱਧਰ ਕੀ ਗੱਲ ਸੀ ਪਹਿਲਾਂ ਉਹ ਖਰਾ ਲੈਂਦਾ ਉਹ ਵੀ ਖੋਲ ਲਾਂਗੇ ਚਲੋ ਆਫ ਲੈ ਤੂੰ ਪਤਾ ਨਹੀਂ ਕੁੱਤਾ ਛੱਡਿਆ ਮਿੰਟ ਕੁ ਬਾਅਦ ਦੇਖੀ ਜਾਣਾ ਵੀ ਕਿਸੇ ਨੂੰ ਪੈ ਨਾ ਜਾਵੇ ਨਹੀਂ ਭਾਜੀ ਸਾਈਡਾਂ ਤੇ ਵੀ ਦੇਖਣਾ ਚਾਹੀਦਾ ਨਹੀਂ ਸਾਈਡਾਂ ਤੇ ਵੇਖਣਾ ਪੈਣਾ ਕੈਸੀ ਗੱਲ ਕਰੀ ਜਾ ਰਹੇ ਆ ਆਜੋ ਆਜੋ ਉਹ ਹੀ ਖੋਲ ਲਓ ਪਹਿਲੇ ਉਧਰੋਂ ਖੋਲ ਲਓ ਉਹ ਜਾ ਕੰਮ ਕਰ ਜਾ ਕੇ ਉਹ ਖੋਲ ਦੇ ਮੈਂ ਤੇਰੇ ਪਿਓ ਦਾ ਨੌਕਰ ਆ ਮੈਂ ਤੇਰੇ ਮੋਲ ਵੇਖੀ ਜਾਣਨੇ ਆ ਭਾਜੀ ਅਸਤਾ ਗੱਲ ਕਰੋ ਨਹੀਂ ਤੂੰ ਵੀ ਮਿੰਟੇ ਬਾਅਦ ਆ ਖੋਲ ਆ ਖੋਲ ਆ ਉਧਰੋਂ ਆ ਜਾਓ ਲੈ ਉਧਰੋਂ ਆ ਜਾਓ ਆ ਜਾਓ ਜੀ ਤੁਹਾਡੀ ਮਿਹਰ ਕਰਦਾ ਗੱਲ ਦੱਸ ਗੱਲ ਕੀ ਆ ਅਸਲ ਗੱਲ ਭਾਜੀ ਪਤਾ ਕੀ ਆ ਇੱਧਰ ਆਵਾਂ ਦਾ ਦੱਸਾਂ ਹਾਂ ਕਿਉਂਕਿ ਜਦੋਂ ਬੰਦੇ ਨੇ ਇਕੱਠਾ ਚੱਲਣਾ ਹੋਵੇ ਨਾ ਤੇ ਕੋਈ ਗੱਲ ਛਪਾਉਣੀ ਨਹੀਂ ਚਾਹੀਦੀ ਅੱਛਾ ਗੱਲ ਅਸਲ 'ਚ ਇਹ ਆ ਵੀ ਆਹ ਜਿਹੜੀ ਗੱਡੀ ਹੈ ਨਾ ਇਹਨੂੰ ਡੇਢ ਦਿਨ ਹੋ ਗਿਆ ਇੱਥੇ ਖਲੋਤੀ ਆ ਮੈਂ 10 ਕੁ ਦਫ਼ਾ ਲੰਘਿਆ ਤਾਂ ਕੋਈ ਵਾਲੀ ਵਾਰਸ ਨਹੀਂ ਆ ਰਿਹਾ ਅਤੇ ਸਾਡਾ ਕੰਮ ਹੀ ਭਾਜੀ ਗੱਡੀਆਂ ਚੁੱਕਣਾ ਤੁਸੀਂ ਭਰਾ ਲੱਗਦੇ ਮੇਰੀ ਪਹਿਲੇ ਗੱਲ ਸੁਣ ਲਾ ਮੈਨੂੰ ਪਤਾ ਤੁਹਾਨੂੰ ਗੁੱਸਾ ਆਇਆ ਲੇਕਿਨ ਮੈਂ ਤੁਹਾਨੂੰ ਲਿਆਇਆ ਵਾ ਤੁਸੀਂ ਸਿਰਫ ਤਾਲਾ ਖੋਲਣਾ ਇਹਦਾ ਬਕਾਇਆ ਲਿਜਾਣੀ ਅਸੀਂ ਹਾਂ ਅਤੇ ਤੁਹਾਨੂੰ ਤਾਲਾ ਖਲਾਈ ਦਾ 20,000 ਰੁਪਈਆ ਮੈਂ ਦਿਆ ਕਰਨਾ ਇੱਕ ਗੱਡੀ ਦਾ ਜਾਣੀ ਆ ਗੱਡੀਆਂ ਚੋਰੀ ਕਰਦੇ ਤੁਸੀਂ ਉਹ ਭਾਜੀ ਗੱਡੀਆਂ ਅਸੀਂ ਚੋਰੀ ਕਰਦੇ ਤੂੰ ਸਿਰਫ ਤਾਲਾ ਹੀ ਖੋਲਣਾ ਤੂੰ ਦੇਖਣਾ ਤੂੰ ਉੱਥੇ ਰੋਡ ਜਦੋਂ ਮੈਂ ਤਾਲਾ ਹੀ ਖੋਲ ਦਿੱਤਾ ਮੈਂ ਤਾਂ ਮਲਬਸ ਹੋ ਗਿਆ ਫਿਰ ਵਿੱਚ ਨਹੀਂ 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 ਤੂੰ ਦੇਖਣਾ ਤੂੰ ਉੱਥੇ ਰੋਡ ਤੇ ਖਲੋਤਾ ਸੀ ਅੱਡੇ ਆਪਣੇ ਦੇ ਮੈਨੂੰ ਤੇਰੇ ਵੱਲ ਦੇਖ ਕੇ ਤਰਸ ਆਇਆ ਕੀ ਉੱਥੇ ਕਮਾ ਰਿਹਾ 200-300-400 ਚਾਬੀ ਦਾ ਸਾਰੀ ਜ਼ਿੰਦਗੀ ਇੱਦਾਂ ਨਿਕਾ ਦੇਣੀ ਰੋਡ 'ਤੇ ਖਲੋਤੇ ਇਹ ਸਾਡੇ ਨਾਲ ਲੱਗ ਤੈਨੂੰ ਗੱਡੀ ਇੱਕ ਦਾ 20,000 ਰੁਪਈਆ ਤਾਲਾ ਖਲਾਈ ਦਾ ਦੇਣਾ ਮਹੀਨੇ 'ਚ ਅਗਰ ਆਪਾਂ 15 ਗੱਡੀਆਂ ਵੀ ਚੁੱਕ ਲਈਆਂ ਤਾਂ 13 ਤਾਂ 3 ਲੱਖ ਸਿੱਧਾ ਹੋ ਗਿਆ ਉਹ ਬੱਚਿਆਂ ਦਾ ਮੁਸਤਕਬਲ ਬਣ ਜਾਏਗਾ ਉਹ ਯਾਰ ਬੱਚਿਆਂ ਦਾ ਮੁਸਤਕਬਲ ਇੰਸ਼ੋਰੈਂਸ ਕਰਾਉਣ ਡਿਆ ਤੂੰ ਬੱਚਿਆਂ ਦਾ 7-8 ਸੌ ਦਾ ਕੀ ਬਣਦਾ ਲੈ ਮੈਂ ਪਹਿਲੀ ਗੱਡੀ ਦੇ ਅੰਦਰ ਹੋ ਜਾਵਾਂ ਤਾਂ ਮੈਂ ਤੇ 13 ਗੱਡੀਆਂ ਪਈਆਂ ਹੁਣ ਬੱਚੇ ਮੇਰੇ ਮੈਂ ਤਾਂ 500-400 ਰੁਪਈਆ ਕਰ ਦਿੰਦਾ ਨਹੀਂ ਭਰਾਵਾ 400 ਦਾ ਤਾਂ ਦੁੱਧ ਨਹੀਂ ਆਉਂਦਾ ਘਰ ਦਾ ਲੈ ਦੁੱਧ ਨਹੀਂ ਆਉਂਦਾ ਮੈਂ ਦੁੱਧ ਨੂੰ ਪੈਪ ਲੈਣਾ ਦੁੱਧ ਦਾ ਚੁੱਪ ਕਰਕੇ ਖੋਲ ਤੂੰ ਲੈ ਵੀ ਚੁੱਪ ਕਰਕੇ ਖੋਲਾਂ ਮੈਂ ਖੋਲ ਦੇ ਖੋਲ ਦੇ ਤੈਨੂੰ ਹਿਆਜ ਨਹੀਂ ਆਇਆ ਤੂੰ ਮੈਨੂੰ ਦੱਸ ਕੇ ਤਾਂ ਲਿਆ ਵੀ ਗੱਡੀ ਚੋਰੀ ਦੀ ਆ ਨਹੀਂ ਤੂੰ ਤਾਲਾ ਖੋਲਣਾ ਮੈਂ ਤੂੰ ਉਹ ਯਾਰ ਤਾਲਾ ਖੋਲਣਾ ਹੀ ਕੰਮ ਹੁੰਦਾ ਆ ਯਾਰ ਲਿਜਾਣੀ ਮੈਂ ਸਲਫ ਮੈਂ ਲਿਜਾਣੀ ਮੈਂ ਤੇ ਤੂੰ ਖੋਲ ਵੀ ਤੂੰ ਲੈ ਮੇਰੀ ਗੱਲ ਸੁਣ ਭਰਾਵਾ ਵੇਚਣੀ ਵੀ ਅਸੀਂ ਹੁੰਦੀ ਆ 13-20 ਪੱਕਾ ਵਾ ਨਹੀਂ ਮੈਂ 20 ਤੇ ਲੜਦ ਭੇਜਦਾ ਇਧਰ 20 ਤੇ ਚਲੋ 25 ਭੇਜ ਦੂੰਗਾ ਤੈਨੂੰ ਮੈਂ 20 ਪੈਸਾ ਕਰਾ ਦੂੰਗਾ ਉਹ ਜਾ ਕੰਮ ਕਰ ਜਾ ਕੇ ਮੇਰੇ ਕੋਈ ਥੱਪੜ ਨਾ ਖਾ ਲਵੇ ਮੇਰੀ ਗੱਲ ਸੁਣ ਲੈ ਤੇਰੀ ਮੌਜ ਲੱਗ ਜਾਏਗੀ ਜ਼ਿੰਦਗੀ ਚ ਇਦਾਂ ਹੀ ਰੁਲੇਗਾ ਰੋੜਾਂ ਤੇ ਉਹ ਬੱਚੇ ਨੇ ਤੇਰੇ ਬੱਚੇ ਕਿੰਨੇ ਆ ਕਿੰਨੇ ਬੱਚੇ ਤੇਰੇ ਮੇਰੇ 6 ਬੱਚੇ ਤੇ ਤੂੰ ਚਾਹੁੰਦਾ ਨਹੀਂ ਉਹ ਵੀ ਕਿਤੇ ਸੁੱਖ ਦੀ ਰੋਟੀ ਖਾ ਲੈਣ ਗੱਡੀ ਚੋਰੀ ਆ ਨਹੀਂ ਚੋਰੀ ਕਰਕੇ ਮਰਨ ਲਿਆ ਲਿਆ ਕੇ ਤਾਂ ਗੱਡੀ ਦੀ ਕਮਾਈ ਖਾਣੀ ਹੈ ਇਹ ਤਾਂ ਤੈਨੂੰ ਮੈਂ ਟ੍ਰਾਂਸਫਰ ਕਰਨੀ ਹੈ ਮੈਂ ਪਹਿਲੀ ਗੱਡੀ ਦੇ ਅੰਦਰ ਹੋ ਗਿਆ ਮੇਰੇ ਤੇ 37 ਗੱਡੀਆਂ ਪੈ ਜਾਣੀਆਂ ਮੇਰੇ ਤੇ ਖਾਨਦਾਨ ਦੇ ਵਿੱਚ ਕਿਸੇ ਕੋ 1 ਲੱਖ ਰੁਪਈਆ ਨਹੀਂ ਨਿਕਲਣਾ ਹੈਗਾ ਓਏ ਹੋਏ ਉਹ ਸਾਡੀ ਜ਼ਿੰਮੇਵਾਰੀ ਹੈ ਐ ਵੀ ਤੇਰੀ ਜ਼ਿੰਮੇਵਾਰੀ ਹੈ ਸਾਡੀ ਅੱਗੇ ਵੀ ਖਰੀ ਹੈ ਹਰ ਜ਼ਮਾਨੇ ਦਾ ਟਾਈਮ ਆਵੇ ਤੇਰੇ ਅੱਗੇ ਭਾਂਜਿਆਂ ਦੀ
ਨਾਨਕੀ ਛੱਕ ਲੈਣ ਗਿਆ ਯਾਰ, ਜਾ ਤੇਰੀ ਮਿਹਰਬਾਨੀ, ਮੇਰੇ ਦਿਮਾਗ ਨਾ ਖਾ ਜਾ ਯਾਰ, ਖੋਲ ਦੇ ਤਾਲਾ ਮੇਰਾ ਵੀ, ਲੈ ਖੋਲ ਦੇ ਤੇਰੀ ਬੈਠਕ ਦਾ ਦਰਵਾਜ਼ਾ ਵੀ ਮੈਂ ਖੋਲ ਦਵਾਂ, ਇਹ ਕਿਹੜਾ ਸਕੂਲ ਦਾ ਤਾਲਾ ਆਇਆ ਵੀ ਮੈਂ ਖੋਲਣਾ ਤੇ ਬੱਚੇ ਬਾਹਰ ਆ ਜਾਣਗੇ ਯਾਰ, ਖੋਲ ਹੈ ਗੱਡੀ ਆ ਇਹ, ਪਤਾ ਭਰਾਵਾ ਕੀ ਆ ਤਾਲਾ ਵੀ, ਤੂੰ ਤੇਰੀ ਬੈਠਕ ਦਾ ਤਾਲਾ ਆਇਆ, ਤੇਰਾ ਮੰਜਾ ਪਿਆ ਅੰਦਰ ਬਾਹਰ ਕੱਢਣਾ ਹੈ, ਹੁਣ ਤੈਨੂੰ ਮੈਂ ਗੱਲ ਸੱਚ ਦੱਸੀ ਹੈ, ਹੁਣ ਨਜਾਇਜ਼ ਫਾਇਦਾ ਨਾ, ਨਜਾਇਜ਼ ਫਾਇਦਾ ਜਾ ਜਾ ਕੰਮ ਕਰ ਆਪ, ਖੋਲ ਜਾ ਕੇ ਕਰ ਸ਼ੁਰੂ, ਇੱਥੋਂ ਲੈ ਸ਼ੁਰੂ ਕਰ, ਚੌਲ ਮੰਡੀ ਦੇ ਸ਼ੁਰੂ ਕਰਦੇ ਆਪ, ਮੇਰੇ ਅੱਗੇ ਪਲੇਟ ਰੱਖੀ ਜਿਹੜੀ ਮੈਂ ਸ਼ੁਰੂ ਕਰ ਦਵਾਂ, ਮੈਂ ਕਹਿੰਦਾ ਤੈਨੂੰ ਵਾਪਸੀ ਦੇ ਇਸੇ ਗੱਡੀ ਤੇ ਲਾ ਦੇਣਾ, ਮੈਂ ਨਹੀਂ, ਮੈਂ ਲਾਸ਼ ਆ, ਮੈਂ ਚਲ ਜਾਂਗਾ ਆਪੇ, ਨਹੀਂ ਨਹੀਂ ਮੈਂ ਤੈਨੂੰ ਲਾ ਕੇ ਆਊਂਗਾ, ਹਾਂ ਵੀ ਮੈਂ ਪੈਂਟਸ ਦਾ ਆਪਰੇਸ਼ਨ ਕਰਵਾਇਆ ਆ, ਉਹ ਤੈਨੂੰ ਇਸੇ ਗੱਡੀ ਤੇ ਮੈਂ ਲਾਇਆ ਹੋਣਾ, ਲੈ ਮੈਂ ਕਦੀ ਵੀ ਨਾ ਤੇਰੀ ਗੱਡੀ ਦੇ ਵਿੱਚ ਬੈਠਾ, ਕਿਉਂ ਮੈਂ ਤੇ ਲਾਂਤ ਨਾ ਪਾਵਾਂ ਤੇ, ਮੈਂ ਤੇਰੀ ਗੱਡੀ ਦੇ ਵਿੱਚ ਬੈਠਾ, ਅੱਗੋਂ ਡਾਲਾ ਪੁਲਿਸ ਦਾ ਆ ਜਾਵੇ, ਇੱਥੇ ਤਾਂ 35 ਗੱਡੀਆਂ ਪੈਣੀਆਂ, ਤੂੰ ਬੇਤਾ ਹੀ ਪਵਾ ਦੇਣੀ ਹੈ, ਉਹ ਭਾਈ ਆ ਸਰਦੀ ਇੰਨੀ ਹੈ, ਮੇਰੇ ਕੋਲ ਤਾਂ ਇੱਕ ਥੱਪੜ ਮੈਂ ਖਾਧਾ ਤੇ ਮੈਂ ਸਾਰਾ ਕੁਝ ਦੱਸ ਦੇਣਾ, ਥੱਪੜ ਨਾ ਖਾ, ਤੂੰ ਦੇਸੀ ਆਂਡਾ ਖਾ, ਲੈ ਦੇਸੀ ਆਂਡਾ ਖਾ, ਠੰਡ ਪੈ ਰਹੀ ਹੈ, ਉਹ ਬਾਅਦ 'ਚ ਖਾਣਾ ਹੀ ਪੈਣਾ ਜਦੋਂ ਮਾਰ ਪੈਣੀ ਹੈ, ਓਏ ਹੋਏ ਤੈਨੂੰ ਮਾਰਦਾ ਵੀ ਕੋਈ ਨਹੀਂ ਹੈਗਾ, ਉਹ ਆਪਣੀ ਓਕੇ ਦੀ ਰਿਪੋਰਟ ਹਰ ਪਾਸੇ, ਓਕੇ ਦੀ ਰਿਪੋਰਟ ਆ, ਯਾਰ ਜੱਕ ਮਿੰਟ ਜ਼ਰਾ ਬੋਲੀ ਨਾ ਹੁਣ, ਲੈ ਬੋਲੀ ਨਾ, ਮੈਂ ਕਹਿੰਦਾ ਭਾਈ ਆ ਗੱਡੀ, ਪਤਾ ਬੋਲੀ ਨਾ, ਕੀ ਹੋ ਗਿਆ ਤੂੰ ਆਪਣਾ ਦੋਸਤ ਆ, ਨਾ ਤੂੰ ਨਾ, ਤੇ ਚੱਲ ਖੋਲ ਦੇ ਤਾਲਾ ਹੁਣ, ਨਹੀਂ ਤਾਲਾ ਨਹੀਂ ਖੋਲਣਾ ਹੈਗਾ, ਚੱਲ ਕਰ, ਤੂੰ ਕੈਸਾ ਬੰਦਾ ਆ ਯਾਰ, ਹੁਣ ਤੈਨੂੰ ਅਸੀਂ ਸੱਚੀ ਗੱਲ ਦੱਸਤੀ ਆ, ਨਹੀਂ ਸੱਚੀ ਗੱਲ ਦੱਸਤੀ, ਤੂੰ ਚੰਗੀ ਗੱਲ ਦੱਸੀ ਆ, ਤੂੰ ਮੈਨੂੰ ਉੱਥੇ ਦੱਸ ਗੱਡੀ ਚੋਰੀ ਦੀ ਆ, ਉਹ ਗੱਡੀ ਤੈਨੂੰ ਕੌਣ ਕਹਿੰਦਾ ਚੋਰੀ ਦੀ, ਤੂੰ ਤਾਂ ਸਿਰਫ ਤਾਲਾ ਖੋਲਣਾ, ਲੈ ਤਾਲਾ ਖੋਲਣਾ ਹੈ, ਹਾਲੇ ਤਾਂ ਚੋਰੀ, ਤਾਲਾ ਬੜਾ ਮਸਜਿਦ ਦਾ ਵੀ, ਸਾਰੇ ਨਮਾਜ਼ ਪੜ੍ਹ ਜਾਣੀ, ਮੈਨੂੰ ਸ਼ਾਬਾਸ਼ੀ ਦੇਣੀ ਲੋਕਾਂ ਨੇ, ਹਾਲੇ ਕਿਹੜਾ ਚੋਰੀ ਹੋਈ ਆ, ਇਹ ਤਾਂ ਚੋਰੀ ਉਦੋਂ ਹੋਣੀ ਜਦੋਂ ਮੈਂ ਲਿਜਾਣੀ, ਜਾ ਕੰਮ ਕਰ, ਜਾ ਕੇ ਤਾਲਾ ਤੂਲਾ ਵੀ ਮੈਂ ਖੋਲਣਾ ਹੈ, ਮਿਹਰਬਾਨੀ ਆ ਖੋਲ ਦੇ, ਮੈਂ ਤੈਨੂੰ ਕਹਿਣ ਆਇਆ ਇਸ ਤੋਂ ਪਹਿਲਾਂ ਤੇਰਾ ਮੇਰਾ ਕੋਈ ਕੰਮ ਖਰਾਬ ਹੋਵੇ ਤੂੰ ਨਿਕਲ ਜਾ, ਹੁਣ ਤਾਲਾ ਨਹੀਂ ਖੋਲਣਾ, ਮੈਂ ਨਹੀਂ ਖੋਲਣਾ ਤਾਲਾ, ਮੇਰੀ ਗੱਲ ਸੁਣ ਲਾ, ਅਗਰ ਅੱਜ ਤੂੰ ਅੱਜ ਆਹ ਤਾਲਾ ਨਾ ਖੋਲਿਆ ਤੇ ਸਾਰੀ ਜ਼ਿੰਦਗੀ ਤੇਰੀ ਜ਼ਿੰਦਗੀ ਦਾ ਤਾਲਾ ਨਹੀਂ ਖੋਲਣਾ, ਇੱਦਾਂ ਹੀ 500-400 ਤੇ ਰਹਿ ਜਾਏਗਾ, ਮੈਨੂੰ ਰਹਿਣ ਦੇ 500-400 ਤੇ, ਉਹ ਤੇ ਬਿੱਲ ਨਹੀਂ ਭਰਾ ਹੁੰਦੇ ਓਏ ਯਾਰ, ਬਿੱਲ ਦਫਾ ਹੋਵੇ ਬਿੱਲ, ਮੈਂ ਸਰਦੀਆਂ ਦੇ ਵਿੱਚ, ਮੈਂ ਠਹਿਰ ਜਾ ਕਮਿੰਟ ਜ਼ਰਾ, ਉਹ ਬੱਚਿਆਂ ਦੀਆਂ ਫੀਸਾਂ ਨਹੀਂ ਦੇ ਹੁੰਦੀਆਂ ਜ਼ਾਲਮਾਂ, ਘਰ ਦੇ ਕਿਰਾਏ ਬਿਜਲੀ ਦੇ ਯਾਰ, ਫੀਸਾਂ ਬੱਚੇ ਮੇਰੇ ਬੜੇ, ਠਹਿਰ ਜਾ ਕਮਿੰਟ ਜ਼ਰਾ, ਮੇਰੇ ਵੱਲ ਦੇਖ ਜ਼ਰਾ, ਹਾਂ ਵੈਰੀ ਗੁੱਡ, ਉਹ ਕਿਚਨ ਨਹੀਂ ਚੱਲਦੇ ਭਲਿਆ, ਚੱਲ ਹੁਣ ਖੋਲ ਦੇ ਤਾਲਾ, ਮੈਂ ਨਹੀਂ ਖੋਲਣਾ, ਤੈਨੂੰ ਮੈਂ ਕਹਿਣ ਡਿਆ, ਜ਼ਿੰਦਗੀ ਤੇਰੇ ਮੈਂ ਮੂੰਹ ਵੱਲ ਵੇਖੀ ਜਾਣਾ, ਮੈਂ ਤੈਨੂੰ ਕਹਿੰਦਾ ਮੂੰਹ ਬੰਦ ਕਰ ਲਾ, ਉਹ ਜ਼ਿੰਦਗੀ ਨਹੀਂ, ਮੈਂ ਖੋਲਣਾ ਤਾਲਾ, ਗੱਡੀ ਚੋਰੀ ਦੀ ਮੈਂ ਕਿਤੇ ਖੋਲ ਦੇਵਾਂ, ਆਸਤਾ ਬੋਲ ਲਾ ਜ਼ਰਾ, ਆਸਤਾ ਬੋਲ ਲਾ, ਇਹਨਾਂ ਤੈਨੂੰ ਇੱਜ਼ਤ ਦਾ ਖਿਆਲ ਹੁੰਦਾ, ਮੈਨੂੰ ਇੱਥੋਂ ਨਾ ਲੈ ਕੇ ਆਉਂਦਾ ਯਾਰ, ਤੂੰ ਲੜਦਾ ਕਰ ਲਈ ਆ, ਇੱਕ ਮਿੰਟ ਲੜਦਾ ਕਰ ਲਈ ਆ, ਇਹ ਦੋਸਤ ਆਪਣੇ ਦੋਸਤ ਨਹੀਂ ਹੈਗੇ, ਤੈਨੂੰ ਮੈਂ ਦੱਸਦਾ ਆ, ਤੇਰੀ ਮਿਹਰਬਾਨੀ, ਹੁਣ ਦੇ ਮੈਨੂੰ ਪੈਸੇ ਦੇ ਜਿਹੜੇ ਲੈ ਕੇ ਆਇਆ, ਦਿਨਾਂ ਪੈਸੇ ਠਹਿਰ ਜਾ, ਹੁਣ ਤਾਲਾ ਖੋਲਣਾ, ਮੈਂ ਇੱਥੇ ਸਾਰਿਆਂ ਨੂੰ ਦੱਸ ਦੇਣਾ ਵੀ ਇਹ ਗੱਡੀ ਚੋਰੀ ਕਰਨ ਆਇਆ, ਆਹੋ ਪੈਸੇ ਦੇ ਫਿਰ, ਗੱਡੀ ਤੇਰੀ ਗੱਡੀ, ਖੋਲ ਦੇ ਤਾਲਾ ਹੁਣ, ਮੈਂ ਨਹੀਂ ਖੋਲਣਾ ਤਾਲਾ, ਹੁਣ ਤੂੰ ਤਾਲਾ ਖੋਲ ਦੇ, ਤੈਨੂੰ ਮੈਂ ਕਹਿਣ ਡਿਆ ਯਾਰ, ਜਾ ਚੱਲ ਜਾ, ਜੇ ਤੇਰੀ ਬਿਹਤਰੀ ਆ, ਤੈਨੂੰ ਮੈਂ ਦੱਸ ਦੇਵਾਂ, ਮੇਰੀ ਗੱਲ ਸੁਣ ਲਾ, ਜੇ ਤੂੰ ਤਾਲਾ ਨਾ ਖੋਲਿਆ ਕੀ, ਤੇ ਮੈਂ ਪੁਲਿਸ ਵਾਲੇ ਨੂੰ ਕਹਿ ਦੇਣਾ ਵੀ ਸਾਡੇ ਨਾਲ ਆਹੀ ਬੰਦਾ ਹੁੰਦਾ, ਕੋਈ ਗੱਲ ਨਹੀਂ, ਮੈਂ ਤੇਰਾ ਕਰਦਾ ਹੁਣ, ਮੇਰਾ ਤੂੰ ਕੀ ਇਲਾਜ ਕਰਨਾ, ਸਲਾਮ ਅਲੈਕਮ, ਸ਼ਿਕਰ ਮੀਆਂ ਸਾਹਿਬ ਥਾਣੇ ਆ, ਅੱਛਾ ਪਾਰਕ ਵਾਲੀ ਗਲੀ ਆਓ, ਇੱਕ ਬੰਦਾ ਆਇਆ ਤਾਲੇ ਮੇਰੇ ਕੋਲ ਖੁਲਾ ਰਿਹਾ, ਗੱਡੀ ਇਹਨੇ ਚੋਰੀ ਦੀ ਆ, ਉਹ ਨਸਾ ਜਾ ਰਿਹਾ ਆ,